ਵੈਂਟੀਲੇਟਰ ਲਾ ਲੈਣਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ, ਵੈਂਟੀਲੇਟਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ। ਜੇ 24x7 ਜੇ ਆਪਣਾ ਚਲਾਉਣਾ ਹੈਗਾ ਤਾਂ 24 ਘੰਟਿਆਂ ਵਾਸਤੇ ਵੀ ਇਹਨੂੰ 20 ਬੰਦੇ ਚਾਹੀਦੇ ਨੇ, 5 ਟੀਮ ਚਾਹੀਦੀ ਹੈ। ਜਿਹੜੇ NRS ਦੇ ਬੰਦੇ ਨੇ ਸਟ੍ਰਾਈਕ ਕੀਤੀ ਹੈ, ਦੇਖੋ ਇਹ ਬੜਾ ਮੰਦਭਾਗੀ ਗੱਲ ਹੈ। ਜੇ ਉਧਰੋਂ ਵਾਰ ਲੱਗ ਜੇ ਅਤੇ ਫੌਜੀ ਕਹੇ ਮੈਂ ਲੜਨਾ ਨਹੀਂ, ਤਨਖਾਹ ਬਤਾਓ, ਇਹ ਗੱਲ ਚੰਗੀ ਨਹੀਂ ਹੁੰਦੀ। ਅੱਜ ਜੇ ਕੋਈ ਕੀਮਤੀ ਜਾਣਾ ਜਾਂਦੀਆਂ ਨੇ ਉਹਦੀ ਜ਼ਿੰਮੇਵਾਰੀ ਕਿਹਦੀ ਫਿਕਸ ਕਰਾਂਗੇ? ਨੋ ਵਰਕ ਨੋ ਪੇ, ਅਤੇ ਪਲੱਸ ਇਹ ਜਿਹੜੇ ਸਾਡੇ ਦਾ ਐਗਰੀਮੈਂਟ ਅਸੀਂ ਖਤਮ ਕਰ ਦਿਆਂਗੇ, ਸਾਡਾ ਕੋਈ ਪਾਵਰ ਹੈ ਗਿਆ। ਅੱਜ ਮੈਂ ਐਕਚੁਲੀ ਮੰਡੀ ਗੋਬਿੰਦਗੜ੍ਹ ਗਿਆ ਸੀਗਾ, ਉੱਥੇ ਮੰਡੀ ਗੋਬਿੰਦਗੜ੍ਹ ਦਾ ਕਾਫੀ ਜਿਹੜਾ ਹੋਸਪਿਟਲ ਸੀ ਪੁਰਾਣਾ ਇਹ ਤਾਂ ਬਣਿਆ ਹੋਇਆ ਸੀ, ਜਿਹੜਾ ਇੱਕ ਸਾਹਮਣੇ ਉਹਨਾਂ ਨੂੰ ਐਕਸਚੇਂਜ ਕਰਨਾ ਹੈਗਾ, ਅਤੇ ਜਿਹੜਾ MCH ਦੇ ਵਿੱਚ ਹੋਸਪਿਟਲ ਲੈ ਕੇ ਆਉਣਾ, ਉਹ ਜਿਹੜੀ ਬਿਲਡਿੰਗ ਡਿਸਮੈਂਟਲ ਹੋਣ ਵਾਲੀ ਹੈ। ਪਲੱਸ ਜਿਹੜਾ EA ਹੋਸਪਿਟਲ ਹੈ ਉਹਦਾ ਟੈਂਡਰ ਵਗੈਰਾ ਹੋ ਰੱਖਿਆ, CBW ਉੱਪਰ ਬ੍ਰਿਜ ਬਣਨ ਕਰਕੇ ਨਾ ਬਣਨ ਕਰਕੇ ਹਾਲੇ ਰੁਕਿਆ ਹੋਇਆ ਸੀਗਾ, ਅਤੇ ਉਹ ਦੇਖ ਕੇ ਆਇਆ। ਪਲੱਸ ਉੱਥੋਂ ਦਾ ਜਿਹੜੇ ਕਾਫੀ ਚੀਜ਼ਾਂ ਸ਼ੋਰਟੇਜ ਸੀ, ਸਟਾਫ ਦੀ, ਹੋਰ ਸਾਰੀਆਂ ਚੀਜ਼ਾਂ ਇਕੁਪਮੈਂਟ ਦੀ, ਉਹ ਵੀ ਦੇਖਣ ਗਿਆ ਸੀ। ਅਤੇ ਪਲੱਸ ਮੈਂ ਵਾਪਸੀ 'ਤੇ ਹੁਣ ਜਿਹੜਾ ਅਸੀਂ ਅੱਜ 18 ਤੋਂ 44 ਸਾਲ ਤੱਕ ਜਿਹੜੇ 45 ਸਾਲ ਤੱਕ ਦੇ ਬੰਦੇ ਅੱਜ ਜਿਹੜੇ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਜਿਹੜੀ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਹੈ, ਪਹਿਲਾਂ ਮੋਹਾਲੀ 'ਚ ਕੀਤੀ ਸੀ, ਅੱਜ ਇੱਥੇ ਵੀ ਕੁਛ ਸ਼ੁਰੂਆਤ ਹੋਈ ਹੈ। ਅਤੇ ਇਸ ਕਰਕੇ ਸਾਰੇ ਪਾਸੇ ਪੂਰੀ ਇੰਸਪੈਕਸ਼ਨ ਤੌਰ 'ਤੇ ਮੈਂ ਕਰ ਰਿਹਾ ਕਿ ਕੰਮ ਠੀਕ ਠਾਕ ਚੱਲ ਰਿਹਾ ਵੀ। ਸਰ ਨਹੀਂ, ਵੈਂਟੀਲੇਟਰ ਰਹਿ ਹੈਗੇ 3 ਵੈਂਟੀਲੇਟਰ ਆਲਰੇਡੀ ਇੰਡਸ ਹੋਸਪਿਟਲ ਅਸੀਂ ਦਿੱਤੇ ਨੇ, ਅਤੇ ਉਹ ਐਮਰਜੈਂਸੀ ਆਏ ਤਾਂ ਉੱਥੇ ਪੇਸ਼ੈਂਟ ਦਾਖਲ ਕਰਾ ਸਕਦੇ ਹਾਂ। ਪਰ ਤੁਹਾਡੇ ਕੋਲ ਸਿਰ 30-35 ਕਿਲੋਮੀਟਰ ਦੇ ਸਾਡੇ ਰਜਿੰਦਰ ਹਸਪਤਾਲ ਦੀ ਇੰਟਸਟਰੀ ਕੇਅਰ ਫੈਸਿਲਿਟੀ ਹੈਗੀ ਆ, ਕਿਉਂਕਿ ਵੈਂਟੀਲੇਟਰ ਲਾ ਲੈਣਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ, ਵੈਂਟੀਲੇਟਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ। ਇਹ 24x7 ਜੇ ਆਪਣਾ ਚਲਾਉਣਾ ਹੈਗਾ ਤਾਂ 24 ਘੰਟਿਆਂ ਵਾਸਤੇ ਵੀ ਇਹਨੂੰ 20 ਬੰਦੇ ਚਾਹੀਦੇ ਨੇ, 5 ਟੀਮ ਚਾਹੀਦੀ ਹੈ, ਔਰ 4 ਬੈੱਡ ਜਾਂ 5 ਬੈੱਡ ਆਪਰੇਟ ਹੁੰਦੇ ਨੇ। ਪਰ ਇਹ ਹੈ ਕਿ ਵੀ ਵੈਂਟੀਲੇਟਰ 'ਤੇ ਬਹੁਤ ਘੱਟ ਲੋਕ ਪਹੁੰਚਦੇ ਨੇ, 90% ਲੋਕ ਜਿਹੜੇ ਲੈਵਲ 1 ਜਾਂ ਲੈਵਲ 2 ਤੱਕ ਹੁੰਦੇ ਨੇ, 2-3%। ਅੱਜ ਡੇਟ 'ਚ ਵੀ 200-250 ਬੰਦਾ ਜਿਹੜਾ ਸਾਰਾ ਵੈਂਟੀਲੇਟਰ 'ਤੇ ਹੋਣਾ ਪੂਰੇ ਪੰਜਾਬ ਦੇ ਵਿੱਚ। ਉਹ ਤਾਂ ਜਿਹੜੀ ਹੈਗੀ ਐਡਵਾਂਸ ਲਾਈਫ ਸਪੋਰਟ ਜਿਹੜੇ ਬੈਰੋ ਕੋਈ ਮਿਲਣੇ ਸਾਰੇ ਜਿਹੜੀ ਹੈਗੀਆਂ ਨੇ। ਜਿਹੜੇ NRS ਦੇ ਬੰਦੇ ਨੇ ਸਟ੍ਰਾਈਕ ਕੀਤੀ ਹੈ, ਦੇਖੋ ਇਹ ਬੜਾ ਮੰਦਭਾਗੀ ਗੱਲ ਹੈ। ਉਹਨਾਂ ਨਾਲ ਮੇਰੀ ਬਕਾਇਦਾ ਬੜੀ ਡਿਟੇਲ 'ਚ ਗੱਲ ਹੋਈ, ਫੈਸਲਾ ਵੀ ਹੋ ਗਿਆ ਕਿ 15% ਇਨਕਰੀਜ ਤਨਖਾਹ 'ਚ, 18% ਪਿਛਲੇ ਸਾਲ ਦਿੱਤੀ ਸੀ, 15 ਹੁਣ ਦਿੱਤੀ ਸੀ, ਪਲੱਸ ਉਹਨਾਂ ਨੂੰ 50% ਜਿਹੜਾ ਅਸੀਂ ਜਿਹੜੀਆਂ ਰੈਗੂਲਰ ਪੋਸਟਾਂ ਦੇ ਵਿੱਚ ਕੋਟਾ ਫਿਕਸ ਕਰਤਾ ਸੀ, ਕਿ ਜਿਹੜਾ ਉਹਨਾਂ ਦਾ ਕੋਟਾ ਇਹ ਸੀਗਾ ਕਿ ਵੀ ਪਹਿਲਾਂ ਦਾ ਟੈਸਟ ਦੇਣਾ ਪੈਂਦਾ ਸੀ, ਉਹਦੇ ਟੈਸਟ ਸ਼ਰਤ ਵੀ ਖਤਮ ਕਰਤੀ ਸੀ, ਏਜ ਦੀ ਸ਼ਰਤ ਵੀ ਖਤਮ ਕਰਤੀ ਸੀ। ਜੇ ਬੰਦਾ 50 ਸਾਲ ਦਾ 8 ਸਾਲ ਸਬਸ ਕਰ ਲਊਗਾ, ਜੇ 45-13 ਸਾਲ ਕਰ ਲਊਗਾ, ਵੀ ਇਹਨਾਂ ਬੱਚਿਆਂ ਨੂੰ ਰੈਗੂਲਰ ਕਰਕੇ ਜਿਹੜਾ ਇਹਨਾਂ ਨੂੰ ਹਰ ਜਿਹੜੇ ਕੋਈ ਆਪਣੀ ਭਰਤੀ ਹੁੰਦੀ ਹੈ, ਜੇ 100 ਬੱਚਾ ਭਰਤੀ ਹੋਣਾ ਤਾਂ 50 ਇਹਨਾਂ ਦੇ ਵਿੱਚੋਂ ਲੈ ਜਾਣੇ ਸੀ, ਪਰ ਉਹਨਾਂ ਨੇ ਇਸ ਗੱਲ ਨੂੰ ਇਗਨੋਰ ਕੀਤਾ। ਪਲੱਸ ਖਾਸ ਕਰਕੇ ਜਿਹੜੇ ਕਮਿਊਨਿਟੀ ਹੈਲਥ ਅਫਸਰ ਨੇ, ਤੁਹਾਡੇ ਫਤਿਹਗੜ੍ਹ ਸਾਹਿਬ ਦਾ ਵੀ ਕਹਿੰਦੇ ਕਿ ਲੀਡਰ ਹੈ ਕੋਈ, ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਅਸੀਂ 20,000 ਰੁਪਈਆ ਬਕਾਇਦਾ ਤਨਖਾਹ ਦਿੰਦੇ ਹਾਂ। 20,000 ਦੇ ਨਾਲ 33% ਇਨਕਰੀਜ ਹੋ ਗਈ, ਔਰ ਉਦੋਂ ਬਾਅਦ 15,000 ਰੁਪਈਆ ਕੋਵਿਡ ਦਾ ਇਨਸੈਂਟਿਵ ਵੀ ਮਿਲਦਾ। ਕਹਿੰਦੇ ਫਿਰ ਵੀ ਜੇ ਬੰਦੇ ਨੂੰ ਇਹ ਲੱਗਦਾ ਵੀ ਘੱਟ ਮਿਲਦਾ, ਅਤੇ ਅੱਜ ਇਹ ਲੜਾਈ ਦੇ ਮੌਕੇ 'ਤੇ ਜਦੋਂ ਇਹ ਪੈਂਡੇਮਿਕ ਪੂਰੇ ਵਾਰਡ ਲੈਵਲ 'ਤੇ ਡਿਕਲੇਅਰ ਹੋ ਚੁੱਕੀ ਹੈ, ਜਿਹੜੀ ਇਹ ਆਪਣੀ ਕੁਦਰਤੀ ਆਫਤ ਹੈ, ਜੇ ਬਿਮਾਰੀ ਹੈ ਕਰੋਨਾ ਵਾਇਰਸ, ਇਹਨੇ ਸਾਰੇ ਸੰਸਾਰ ਨੂੰ ਲਪੇਟ 'ਚ ਲਿਆ। ਜੇ ਉਧਰੋਂ ਵਾਰ ਲੱਗ ਜੇ ਅਤੇ ਫੌਜੀ ਕਹੇ ਮੈਂ ਲੜਨਾ ਨਹੀਂ, ਤਨਖਾਹ ਵਧਾਓ, ਇਹ ਗੱਲ ਚੰਗੀ ਨਹੀਂ ਹੁੰਦੀ। ਅੱਜ ਵੈਸੇ ਹੀ ਇਨਸਾਨੀ ਤੌਰ 'ਤੇ ਉਹਦਾ ਫਰਜ਼ ਬਣਦਾ ਕਿ ਸਿੱਧੇ ਕੰਮ ਕਰਨ। ਇਹ ਗੱਲਾਂ ਕੋਈ ਬੰਦਾ ਜਿਸ ਤਰ੍ਹਾਂ ਜੈਪਨੀਜ਼ ਨੇ ਜਾਂ ਹੋਰ ਨੇ, ਉਹ ਆਪਣੇ ਬਲੈਕ ਪੱਟੀਆਂ ਬੰਨ ਲੈਂਦੇ ਨੇ, ਪਰ ਕੰਮ ਵਧਾ ਆਉਂਦੇ ਨੇ ਆਪਣਾ, ਲੇਕਿਨ ਇਹਨੇ ਕੰਮ ਛੱਡ ਕੇ ਅੱਜ ਜੇ ਕੋਈ ਕੀਮਤੀ ਜਾਣਾ ਜਾਂਦੀਆਂ ਨੇ ਉਹਦੀ ਜ਼ਿੰਮੇਵਾਰੀ ਕਿਹਦੀ ਫਿਕਸ ਕਰਾਂਗੇ? ਇਸ ਕਰਕੇ ਉਹਨਾਂ ਨੇ ਬੜਾ ਇੱਕ ਘਿਨਾਉਣਾ ਕੰਮ ਕੀਤਾ, ਜਦੋਂ ਕਿ ਸਰਕਾਰ ਹਰ ਤਰਫ ਉਹਦੀ ਮਦਦ ਕਰਦੀ ਆ ਰਹੀ ਹੈ। ਔਰ 33% 2019 ਨਵੰਬਰ ਅਸੀਂ ਭਰਤੀ ਕੀਤੇ ਨੇ, 2 ਸਾਲ 'ਚ ਉਹਨਾਂ ਨੂੰ 33% ਅਸੀਂ ਆਪਣੀ ਇਨਕਰੀਜ਼ ਦਿੱਤੀ, ਇੱਦੋਂ ਵੱਡੀ ਗੱਲ ਨਹੀਂ ਹੋ ਸਕਦੀ। ਬਿਲਕੁਲ ਜੀ, ਅਸੀਂ ਸੇਵਾਵਾਂ ਖਤਮ ਕਰਾਂਗੇ, ਸਖ਼ਤ ਫੈਸਲਾ ਲਿਆ ਸਰਕਾਰ ਨੇ, ਵੀ ਕਹਿੰਦਾ ਸਾਡਾ ਇਹ ਗੱਲ ਕੈਬਨਿਟ 'ਚ ਵੀ ਤੈਅ ਹੋਈ ਹੈ ਵੀ ਜਿਹੜੇ ਬੰਦੇ ਨੋ ਵਰਕ ਨੋ ਪੇ, ਅਤੇ ਪਲੱਸ ਇਹ ਜਿਹੜੇ ਸਾਡੇ ਦਾ ਐਗਰੀਮੈਂਟ ਅਸੀਂ ਖਤਮ ਕਰ ਦਿਆਂਗੇ, ਸਾਡਾ ਕੋਈ ਪਾਵਰ ਹੈਗੀ ਹੈ। ਅਤੇ ਲੇਕਿਨ ਉਹਨਾਂ ਨੂੰ ਇਹ ਮੈਂ ਅੱਜ ਵੀ ਅਪੀਲ ਕੀਤੀ, ਕੱਲ੍ਹ ਵੀ ਕੀਤੀ ਸੀ ਕਿ ਕੱਲ੍ਹ ਤੱਕ ਵੀ ਉਹ ਡਿਊਟੀ 'ਤੇ ਆ ਜਾਣੇ, ਉਹਦੇ ਖਿਲਾਫ਼ ਕਾਰਵਾਈ ਨਹੀਂ ਹੋਊਗੀ। ਹਾਂ, ਕਾਫ਼ੀ ਲੋਕ ਵਾਪਸ ਆ ਚੁੱਕੇ ਨੇ, ਥੋੜ੍ਹੇ ਚੌਰ ਬਹੁਤੇ ਬੰਦੇ ਜਿਹੜੇ ਉਹ ਬਾਕੀ ਨੇ।
ਜੀ ਕਰੋਨਾ ਵਾਸਤੇ ਦੇਖੋ ਅਸੀਂ ਹੁਣ ਜਿਹੜਾ ਅਸੀਂ ਸਿਸਟਮ ਬਣਾ ਰਹੇ ਹਾਂ ਕਿੱਟਸ ਦਾ, ਅਸੀਂ ਹੋਰ ਔਡਰ ਦਿੱਤਾ 25 ਲੱਖ ਕਿੱਟਸ ਮੰਗਾ ਰਹੇ ਹਾਂ, ਪਲੱਸ ਇਹਨੂੰ ਗਰਾਸ ਰੂਟ 'ਤੇ ਅਸੀਂ ਖਤਮ ਕਰਨ ਵਾਸਤੇ ਟੀਮਾਂ ਬਣਾਵਾਂਗੇ ਜਿਹੜੀਆਂ ਕਿ ਪਿੰਡ ਪੱਧਰ 'ਤੇ ਜਾ ਕੇ ਸੈਂਪਲਿੰਗ ਟੈਸਟਿੰਗ ਕਰਨਗੀਆਂ, ਰੈਪਿਡ ਐਂਟੀਜਨ ਨਾਲ ਕਰਨਗੀਆਂ, ਅਤੇ ਉਸ ਤੋਂ ਬਾਅਦ ਜਿਹੜੇ ਜ਼ਿਆਦਾ ਸੀਰੀਅਸ ਪੇਸ਼ੈਂਟ ਹੋਣਗੇ ਉਹਨਾਂ ਨੂੰ ਆਪਣੀ ਫੈਸਿਲਿਟੀ 'ਤੇ ਲੈ ਕੇ ਆਵਾਂਗੇ, ਪਲੱਸ ਬਾਕੀਆਂ ਨੂੰ ਘਰ ਹੀ ਆਈਸੋਲੇਟ ਕਰਕੇ ਉਹਨਾਂ ਨੂੰ ਬਕਾਇਦਾ ਜਿਹੜੀ ਕੋਵਿਡ ਫਤਿਹ ਗੇਟਾਂ ਦੇਵਾਂਗੇ ਤਾਂ ਕਿ ਇਹ ਬਿਮਾਰੀ ਖਤਮ ਕੀਤੀ ਜਾ ਸਕੇ। ਡਾਕਟਰਾਂ ਦੀ ਕਮੀ ਹੈ ਸਰ, ਉਹਨੂੰ ਲੈ ਕੇ ਡਾਕਟਰ ਦੇਖੋ 250 ਡਾਕਟਰ ਅਸੀਂ ਹੋਰ ਭਰਤੀ ਦਾ ਪਰਸੋਂ ਟੈਸਟ 7 ਤਰੀਕ ਨੂੰ ਹੋ ਗਿਆ ਅਤੇ ਕੱਲ੍ਹ ਤੱਕ ਉਹਨਾਂ ਨੂੰ ਅਸੀਂ ਜੁਆਇਨਿੰਗ ਦੇ ਲੈਟਰ ਦੇ ਦੇਣ ਸਾਰਿਆਂ ਨੂੰ। ਫਤਿਹਗੜ੍ਹ ਸਾਹਿਬ ਦੇ ਜਿਵੇਂ ਤੁਸੀਂ ਕਿਹਾ ਵੀ ਪਟਿਆਲੇ ਆਪਾਂ ਨੂੰ ਨੇੜੇ ਪੈਂਦਾ ਜੀ, ਹੈ ਨਾ ਜੀ, ਅਤੇ ਕੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੈਂਟਰ ਸਥਾਪਿਤ ਹੋਣਗੇ ਜੀ? ਬਿਲਕੁਲ, ਕਿਹੜੇ ਜੀ? ਆਪਣਾ ICU। ਦੇਖੋ ICU ਤਾਂ ਤਕਰੀਬਨ ਹਰ ਨਹੀਂ ਬਣਦਾ, ਲੇਕਿਨ ਇੱਥੇ ਜਿਹੜਾ ਡਿਸਟ੍ਰਿਕਟ ਹੋਸਪਿਟਲ ਦੇ ਉੱਤੇ ਅਸੀਂ ਬਣਾਵਾਂਗੇ ਹਰ ਜਗ੍ਹਾ 'ਤੇ, ਲੇਕਿਨ ਹਾਲੇ ਐਂਬੂਲੈਂਸ ਜਿਹੜੀ ਆ ਐਡਵਾਂਸ ਲਾਈਫ ਸਪੋਰਟ ਹੈਗੀ ਆ 24 ਆਵਰ ਸਰਵਿਸ ਸਾਰੀਆਂ ਹੈਗੀਆਂ ਨੇ। ਇੱਥੋਂ ਚੰਡੀਗੜ੍ਹ 20-25 ਮਿੰਟ ਦਾ ਰਸਤਾ, 20-25 ਮਿੰਟ ਦਾ ਰਸਤਾ ਪਟਿਆਲਾ ਹੈਗਾ। ਹਾਂ, ਵੈਂਟੀਲੇਟਰ ਦਾ ਅਸੀਂ ਜਿਹੜਾ ਤੁਹਾਨੂੰ ਵੈਂਟੀਲੇਟਰ ਦਾ ਪਟਿਆਲੇ ਹੈਗਾ ਤਾਂ ਇੱਥੇ ਲਾ ਦਿੰਦੇ ਤੁਹਾਨੂੰ, ਜੇ ਕੋਈ ਇੱਥੇ ਕ੍ਰਿਟੀਕਲ ਪ੍ਰੋਬਲਮ ਹੈਗੀ ਆ ਤਾਂ ਉੱਥੇ ਅਸੀਂ ਸ਼ਿਫਟ ਕਰ ਦਾਂਗੇ। ਦੇਖੋ ਦਿੱਕਤ ਇਹ ਹੈਗੀ ਕਿ ਵੀ ਕੁਦਰਤੀ ਆਫਤ ਜਿਹੜੀ ਬਿਮਾਰੀ ਬਹੁਤ ਜ਼ਿਆਦਾ ਸਪਰੈਡ ਕਰ ਗਈ ਹੈ। ਸਭ ਤੋਂ ਵੱਡੀ ਗੱਲ ਤੁਹਾਡਾ ਵੱਡਾ ਰੋਲ ਹੈ ਪ੍ਰੈਸ ਦਾ ਕਿ ਤੁਸੀਂ ਇਹ ਲੋਕਾਂ ਨੂੰ ਸਮਝਾਓ ਕਿ ਜਿਹੜਾ ਵੈਕਸੀਨੇਸ਼ਨ ਹੈਗੀ ਹੈ ਇਹ ਸਾਡੇ ਵਾਸਤੇ ਬਹੁਤ ਵੱਡਾ ਕਾਰਗਰ ਹਥਿਆਰ ਹੈਗਾ, ਅਤੇ ਜੇ ਅਸੀਂ ਵੈਕਸੀਨ ਲਵਾ ਲੈਂਦੇ ਹਾਂ ਤਾਂ ਮੈਂ ਇਹ ਗਰੰਟੀ ਕਰਦਾ ਕਿ ਉਸ ਤੋਂ ਬਾਅਦ ਇਸ ਬਿਮਾਰੀ ਦੀ ਮਾਰ ਘੱਟ ਜਾਂਦੀ ਹੈ। ਦੇਖੋ ਪੁਲਿਸ ਡਿਪਾਰਟਮੈਂਟ ਨੇ 95% ਦੇ ਤਕਰੀਬ ਉਹਨਾਂ ਨੇ ਵੈਕਸੀਨੇਸ਼ਨ ਕਰਵਾਈ ਹੈ, ਔਰ ਤੁਸੀਂ ਮੰਨੋਗੇ ਉਸ ਤੋਂ ਬਾਅਦ ਉਹਦੀ ਪੋਜ਼ਿਟਿਵਿਟੀ 2-4% ਰਹਿ ਗਈ, ਡੈਥ ਰੇਟ 0 ਹੋ ਗਿਆ। ਅਤੇ ਜੇ ਅਸੀਂ ਸਾਰੇ ਲਵਾ ਲੈਂਦੇ ਹਾਂ ਅਤੇ ਪਿੰਡਾਂ ਦੇ ਲੋਕ ਲਵਾਉਣਾ ਸ਼ੁਰੂ ਕਰ ਲੈਂਦੇ ਆ ਤਾਂ ਤੁਸੀਂ ਆਪਣੇ ਹਿਸਾਬ ਲਾ ਲਓ ਵੀ ਅਸੀਂ ਸਾਰੇ ਬੰਦੇ ਬਚ ਜਾਵਾਂਗੇ। ਔਰ ਅੱਜ ਸਰਕਾਰ ਦੇਖੋ ਜਿਹੜੀ ਖਾਸ ਕਰਕੇ 18-45 ਸਾਲ ਤੱਕ ਮੋਦੀ ਸਾਹਿਬ ਨੇ ਕਿਹਾ ਤੁਸੀਂ ਆਪਣੇ ਪੈਸੇ ਲਾਓ, ਅਸੀਂ ਸਾਰੇ ਪੰਜਾਬ ਦੇ ਵਾਸਤੇ ਤਕਰੀਬਨ ਫ੍ਰੀ ਓਫ ਕੋਸਟ ਦੇ ਰਹੇ ਹਾਂ ਕਿ ਤੁਸੀਂ ਵੈਕਸੀਨ ਲਵਾਓ, ਸਾਡੇ ਕੋਲ ਆਓ ਤਾਂ ਕਿ ਅਸੀਂ ਤੁਹਾਨੂੰ ਤੰਦਰੁਸਤ ਕਰ ਸਕੀਏ। ਮੰਤਰੀ ਸਾਹਿਬ, ਇਹ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਹੁਤ ਹੈ ਜੀ ਇਸ ਨੂੰ ਲੈ ਕੇ, ਕਿਉਂਕਿ ਦੇਖੋ ਜੋ ਆਪਾਂ ਪਟਿਆਲੇ ਦੇ ਬਾਰੇ ਕਿਹਾ ਜਾ ਰਿਹਾ, ਮੈਂ ਤਾਂ ਦੋ ਵੈਕਸੀਨ ਮੈਂ ਦੋਨੇ ਲਵਾ ਲਈਆਂ, ਡਰ ਦਾ ਮਾਹੌਲ ਕਾਹਦਾ ਹੈ? ਸਾਡੇ CM ਸਾਹਿਬ ਨੂੰ 300-350 ਡਿਪਟੀ ਸ਼ੂਗਰ ਰਹਿੰਦੀ ਸੀ, ਉਹਨਾਂ ਨੇ ਦੋਨੇ ਲਵਾਈਆਂ ਨੇ, ਸਾਰੇ ਦੁਨੀਆਂ ਨੇ ਲਵਾਈਆਂ ਨੇ, ਅਮਰੀਕਾ ਨੇ 85% ਬਿਮਾਰੀ ਖਤਮ ਕਰਤੀ, ਅਤੇ ਜੇ ਅਸੀਂ ਵੀ ਇਹ 85% ਦੱਬ ਕੇ ਲਵਾ ਲਈਏ ਤਾਂ ਅਸੀਂ ਜਲਦੀ ਆਪਣਾ ਇਹਨੂੰ ਬਿਮਾਰੀ ਨੂੰ ਖਤਮ ਕਰ ਲਵਾਂਗੇ। ਨਹੀਂ, ਜਿਹੜੇ ਪਟਿਆਲੇ ਰੇਂਜਰ ਹੌਸਪੀਟਲ ਦੇਖੋ, ਪੈਨਿਕ ਲੋਕਾਂ ਦੇ ਵਿੱਚ ਕੀ ਹੁੰਦਾ, ਪੈਨਿਕ ਕਿਉਂ ਹੁੰਦਾ ਕਿ ਅਸੀਂ ਸੋਚਦੇ ਹਾਂ ਜੇਕਰ ਅਸੀਂ ਇਨੀਸ਼ੀਅਲ ਸਟੇਜ 'ਤੇ ਆ ਜਾਈਏ ਹੋਸਪਿਟਲ 'ਚ, ਸਾਡੇ ਫਲੂ ਕਾਰਨਰ 'ਤੇ ਆ ਜਾਣ, ਇੱਥੇ ਫੈਸਿਲਿਟੀ ਦੇ ਉੱਤੇ ਅਸੀਂ ਟੈਸਟ ਕਰਾਂਗੇ ਅਤੇ ਕੋਵਿਡ ਗੇਟ ਦੇ ਘਰ ਉਹਨੂੰ ਬੰਦੇ ਨੂੰ ਹੋਮ ਆਈਸੋਲੇਟ ਕਰ ਦਿਆਂਗੇ। ਲੇਕਿਨ ਜੇ ਬੰਦਾ ਆਉਂਦਾ ਹੀ ਜਦੋਂ 90% ਉਹਦੇ ਲੰਗਸ ਖਰਾਬ ਹੋ ਜਾਂਦੇ, ਉਦੋਂ ਬਾਅਦ ਆਉਂਦਾ ਫਿਰ ਤਾਂ ਪਟਿਆਲੇ ਜਾਊਗਾ ਨਾ। ਪਟਿਆਲੇ ਜਿਹੜਾ ਬੰਦਾ ਟਰਸਰੀ ਕੇਅਰ ਹੈਗੀ ਆ, ਜਿਹੜੇ ਬੰਦਿਆਂ ਨੂੰ ਜ਼ਿਆਦਾ ਲੋੜ ਹੈਗੀ ਆ ਡਾਕਟਰੀ ਸਹੂਲਤ ਦੀ, ਉਹ ਪਟਿਆਲੇ ਜਾਂਦਾ, ਅਤੇ ਜੇ ਤੁਸੀਂ ਸ਼ੁਰੂਆਤ ਇੱਥੇ ਆ ਜਾਓਗੇ ਤਾਂ ਤੁਹਾਨੂੰ ਲੋੜ ਨਹੀਂ ਜਾਣ ਦੀ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।